वाहिगुरु जी का खालसा, वाहिगुरु जी की फतेह। धुरकी बाणी दे अज दे एपीसोड विच असी जिस राग उत्ते चर्चा कर रहे हैं उस राग का नाम है राग वडहंस। श्री गुरु ग्रंथ साहब जी की रागात्मक तरतीब विच राग वडहंस का अठवां स्थान है। राग वडहंस नूं पंजाबी लोक संगीत दीआं सुरावलियां तो उत्पन्न राग मन्या गया है, भाव इस राग का संबंध पंजाबी लोक संगीत नाल भी मन्या जाता है। राग वडहंस का थाट खमाज है। इस राग का वादी स्वर ऋषभ है अते संवादी स्वर पंचम है। राग वडहंस की जाति शाड़व संपूर्ण है, भाव इस राग विच अरोह विच छे स्वर अते अवरोह विच संपूर्ण सत स्वरां का प्रयोग किया जाता है। इस राग दे आरोह विच गंधार वर्जित है अते इस राग विच दोवें निषादां दा प्रयोग किया जाता है, भाव शुद्ध निषाद अते कोमल निषाद दोवें निषाद वरते जाते हैं। अते आओ हुण राग वडहंस दा आरोह अते अवरोह गायन करिए। राग वडहंस दा आरोह सा रे मा पा धा नी राग वडहंस दा अवरो सा नी पा धा मा गा रे सा नी सा। इस राग दा मुख अंग सा रे मा पा नी पा धा मा गा रे सा नी पा नी सा। अते आओ हुण राग वडहंस उत्ते आधारित एक शब्द रचना गायन करिए। जी के दाते प्रीतम प्रभ मेरे, जी के दाते प्रीतम प्रभ मेरे, मन जीवे प्रभ नाम चिते रे। जी के दाते प्रीतम प्रभ मेरे, जी के दाते प्रीतम प्रभ मेरे। तन सोवे लाजित दर्शन करना, तन सोवे लाजित दर्शन करना, हों बलिहारी सतगुर चरना, हों बलिहारी सतगुर चरना। जी के दाते प्रीतम प्रभ मेरे, जी के दाते प्रीतम प्रभ मेरे, जी के दाते प्रीतम प्रभ मेरे। तुरकी
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਮਹਾਨ ਕਿਰਪਾ ਪ੍ਰਾਪਤ ਕਰਕੇ ਆਪ ਸਭ ਸਤਿਗੁਰੂ ਜੀ ਦੇ ਮਹਾਨ ਮਹਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਤੁਰਕੀ ਬਾਣੀ ਦੇ ਸ਼ਬਦ ਕੀਰਤਨ ਰਾਗਾਂ ਦੇ ਵਿੱਚ ਗਾਇਨ ਸ਼ੈਲੀ ਦੁਆਰਾ ਸ਼ਰਵਣ ਕਰ ਰਹੇ ਹਾਂ। ਸਤਿਗੁਰੂ ਜੀ ਗੁਰੂ ਅਰਜਨ ਦੇਵ ਪਿਤਾ ਜੀ ਦਾ ਵਡਹੰਸ ਰਾਗ ਦਾ ਇਹ ਮਹਾਨ ਸ਼ਬਦ ਆਪ ਜੀ ਨੇ ਹੁਣੇ ਬੱਚਿਆਂ ਪਾਸੋਂ ਸਰਵਣ ਕੀਤਾ ਹੈ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਮਹਾਨ ਵਾਕਾਂ ਦਾ ਆਸਰਾ ਲੈ ਕੇ ਇਹ ਮਹਾਨ ਸ਼ਬਦਾਂ ਦਾ ਸਮਾਗਮ ਆਪ ਜੀ ਦੇ ਨਜ਼ਰ ਬੱਚੇ ਕਰ ਰਹੇ ਨੇ। ਵਡਹੰਸ ਰਾਗ ਦਾ ਇਹ ਸ਼ਬਦ ਜੋ ਆਪ ਜੀ ਨੇ ਹੁਣੇ ਬੱਚਿਆਂ ਪਾਸੋਂ ਸਰਵਣ ਕੀਤਾ ਹੈ, ਇਸ ਸ਼ਬਦ ਦੇ ਵਿੱਚ ਗੁਰੂ ਅਰਜਨ ਦੇਵ ਪਿਤਾ ਜੀ ਵਡਹੰਸ ਰਾਗ ਦੇ ਅੰਦਰ ਸੰਸਾਰ ਨੂੰ, ਕਾਇਨਾਤ ਨੂੰ ਔਰ ਸਾਰੀ ਦੁਨੀਆ ਨੂੰ ਜੋ ਰਹਿਮਤ ਕਰ ਰਹੇ ਨੇ, ਜੋ ਬਖਸ਼ਿਸ਼ਾਂ ਕਰ ਰਹੇ ਨੇ, ਉਹ ਬਾ ਕਮਾਲ ਨੇ। ਸਤਿਗੁਰੂ ਜੀ ਨੇ ਇਸ ਮਹਾਨ ਸ਼ਬਦ ਦੀ ਜੋ ਰਹਾਉ ਦੇ ਪਦ ਦੀ ਭਾਵਨਾ ਰੱਖੀ ਹੈ, ਜੋ ਸਤਿਗੁਰੂ ਜੀ ਨੇ ਇਸ ਮਹਾਨ ਸ਼ਬਦ ਦੀ ਅਨਹਦ ਨਾਦ ਰੱਖੇ ਨੇ, ਜੋ ਸਤਿਗੁਰੂ ਜੀ ਨੇ ਇਸ ਮਹਾਨ ਸ਼ਬਦ ਦੀ ਅਨੁਭਵ ਪ੍ਰਗਾਸਥਾ ਰੱਖੀ ਹੈ, ਸਤਿਗੁਰੂ ਜੀ ਨੇ ਰਹਿਮਤ ਕਰਦਿਆਂ ਹੋਇਆਂ ਸਾਰੇ ਸੰਸਾਰ ਦੀ ਲੋਕਾਈ ਨੂੰ ਦੱਸਿਆ ਕਿ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ, ਮਨ ਜੀਵੈ ਪ੍ਰਭ ਨਾਮ ਚ ਤੇਰੇ। ਸਤਿਗੁਰੂ ਜੀ ਦਾ ਇਹ ਅਨੁਭਵ ਪ੍ਰਕਾਸ਼ ਬਾ ਕਮਾਲ ਹੈ। ਗੁਰੂ ਅਰਜਨ ਦੇਵ ਪਿਤਾ ਜੀ ਵਡਹੰਸ ਰਾਗ ਦੇ ਵਿੱਚ ਰਹਿਮਤ ਕਰਦੇ ਨੇ, ਮਨ ਜੀਵੈ ਪ੍ਰਭ ਨਾਮ ਚ ਤੇਰੇ। ਸਤਿਗੁਰੂ ਜੀ ਆਖਦੇ ਨੇ ਕਿ ਮਨ ਇਸ ਸੰਸਾਰ ਦੇ ਵਿੱਚ ਪਰਮਾਤਮਾ ਦਾ ਚੇਤਾ ਕਰਕੇ ਸੁੱਖ ਮਾਣਦਾ ਹੈ। ਕਿਸ ਨੂੰ ਚੇਤਾ ਕਰਕੇ, ਕਿਹੋ ਜਿਹੇ ਪ੍ਰਭੂ ਨੂੰ ਚੇਤਾ ਕਰਕੇ? ਸਤਿਗੁਰੂ ਜੀ ਰਹਿਮਤ ਕਰਦੇ ਨੇ, ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ। ਉਹ ਸਾਨੂੰ ਜਿੰਦ ਦੀ ਦਾਤ ਦੇਣ ਵਾਲਾ, ਸਾਨੂੰ ਸਵਾਸਾਂ ਦੀ ਦਾਤ ਦੇਣ ਵਾਲਾ, ਸਾਨੂੰ ਪ੍ਰਾਣਾਂ ਦੀ ਦਾਤ ਦੇਣ ਵਾਲਾ, ਇਸ ਸੰਸਾਰ ਦੇ ਵਿੱਚ ਰੁਮਕਣ ਦੀ ਦਾਤ ਦੇਣ ਵਾਲਾ, ਸਾਡੀ ਜ਼ਿੰਦਗੀ ਨੂੰ ਰਵਾਂ ਕਰਨ ਵਾਲਾ, ਸਾਡੇ ਜੀਵਨ ਨੂੰ ਇਸ ਸੰਸਾਰ ਦੇ ਵਿੱਚ ਇੱਕ ਵੱਡਾ ਬਹਾਵ ਦੇਣ ਵਾਲਾ ਪਰਮਾਤਮਾ, ਮੈਂ ਆਪਣੇ ਹਿਰਦੇ ਦੇ ਵਿੱਚ ਆਤਮਾ ਦੇ ਰਾਹੀਂ, ਆਤਮਾ ਦੀ ਗਹਿਰਾਈ ਦੇ ਰਾਹੀਂ ਇਸ ਸੰਸਾਰ ਦੇ ਵਿੱਚ ਉਸਨੂੰ ਯਾਦ ਕਰਦਾ ਹਾਂ। ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ, ਸਤਿਗੁਰੂ ਜੀ ਆਖਦੇ ਨੇ ਉਹ ਪਰਮਾਤਮਾ ਮੇਰੀ ਜਿੰਦ ਦਾ ਦਾਤਾ ਹੈ। ਸਤਿਗੁਰੂ ਜੀ ਨੇ ਇਸ ਮਹਾਨ ਸ਼ਬਦ ਦੇ ਰਾਹੀਂ ਜੋ ਰਹਿਮਤ ਸਾਡੇ ਉੱਪਰ ਕੀਤੀ ਹੈ,
ਉਹ ਇਹ ਹੈ ਕਿ ਇਸ ਸੰਸਾਰ ਦੇ ਵਿੱਚ ਪਰਮਾਤਮਾ ਨੂੰ ਕਿਵੇਂ ਮਿਲਿਆ ਜਾ ਸਕੇਗਾ ਆਤਮਾ ਦੀ ਗਹਿਰਾਈਆਂ ਦੇ ਵਿੱਚੋਂ। ਸਤਿਗੁਰੂ ਜੀ ਨੇ ਰਹਿਮਤ ਕੀਤੀ, ਧੰਸੂ ਵੇਲਾ ਜਿਤ ਦਰਸ਼ਨ ਕਰਨਾ, ਹੋਂ ਬਲਿਹਾਰੀ ਸਤਿਗੁਰ ਚਰਨਾ। ਸਤਿਗੁਰੂ ਜੀ ਨੇ ਰਹਿਮਤ ਕੀਤੀ ਕਿ ਜਿਨ੍ਹਾਂ ਮਨੁੱਖਾਂ ਦੀ ਸੰਸਾਰ ਦੇ ਵਿੱਚ ਪਰਮਾਤਮਾ ਦੇ ਚਰਨਾਂ ਨਾਲ ਪ੍ਰੀਤ ਬਣ ਜਾਂਦੀ ਹੈ, ਉਹ ਇਸ ਸੰਸਾਰ ਦੇ ਵਿੱਚ ਪਰਮਾਤਮਾ ਨੂੰ ਜ਼ਰੇ ਜ਼ਰੇ ਵਿੱਚ ਵਿਦਮਾਨ ਦੇਖ ਕੇ, ਸਾਰੀ ਥਾਵਾਂ 'ਤੇ ਉਸਦੇ ਸਰੂਪ ਨੂੰ, ਉਸਦੇ ਵਜੂਦ ਨੂੰ ਮਾਣ ਕੇ, ਇਸ ਸੰਸਾਰ ਦੇ ਵਿੱਚ ਉਹ ਆਪਣਾ ਸਭ ਤੋਂ ਵੱਡਾ ਫਰਜ਼ ਉਸ ਸਮੇਂ ਅਦਾ ਕਰਦੇ ਨੇ ਜਿਸ ਸਮੇਂ ਉਹਨਾਂ ਨੂੰ ਸੰਸਾਰ ਦੇ ਹਰ ਜੀਵ ਦੇ ਵਿੱਚ ਉਸ ਪਰਮਾਤਮਾ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਨੇ, ਜਿਹਦੇ ਬਾਬਤ ਸਤਿਗੁਰੂ ਜੀ ਨੇ ਰਹਿਮਤ ਕੀਤੀ, ਧੰਸੂ ਵੇਲਾ ਜਿਤ ਦਰਸ਼ਨ ਕਰਨਾ, ਭਾਵ ਹਰ ਵੇਲਾ ਉਸ ਪਰਮਾਤਮਾ ਦਾ ਭਾਗਾਂ ਭਰਿਆ ਹੈ ਜਿਸ ਸਮੇਂ ਪਰਮਾਤਮਾ ਦਾ ਵਜੂਦ ਮਨੁੱਖ ਦੇ ਹਿਰਦੇ ਦੇ ਵਿੱਚ ਖਿਆਲਾਂ ਦੀ ਪਰਵਾਜ਼ ਰਾਹੀਂ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ ਹੈ। ਸਤਿਗੁਰੂ ਜੀ ਨੇ ਸਾਰੇ ਸ਼ਬਦ ਦੇ ਅੰਦਰ ਉਸ ਪਰਮਾਤਮਾ ਦੇ ਮਿਲਾਪ ਅਤੇ ਪਰਮਾਤਮਾ ਦੇ ਵਜੂਦ ਦਾ ਵੱਡਾ ਵਿਸਤਾਰ ਸਾਡੇ ਸਾਹਮਣੇ ਰੱਖਿਆ ਹੈ। ਸਤਿਗੁਰੂ ਜੀ ਨੇ ਰਹਿਮਤ ਕੀਤੀ, ਜਿੱਥੇ ਅੰਤਲੇ ਪਦਿਆਂ ਵਿੱਚ ਜਾ ਕੇ ਆਖ ਦਿੱਤਾ ਕਿ ਹੇ ਵਾਹਿਗੁਰੂ ਜੀ, ਤੁਸੀਂ ਇਸ ਸੰਸਾਰ ਦੇ ਵਿੱਚ ਭਰਪੂਰ ਹੋ ਔਰ ਤੁਹਾਡੀ ਭਰਪੂਰਤਾ ਕਰਕੇ ਇਹ ਸਾਰਾ ਸੰਸਾਰ ਇਸ ਮਨੁੱਖ ਦੇ ਲਈ ਇੱਕ ਬਹੁਤ ਵੱਡੀ ਕਾਇਨਾਤ ਦੇ ਵਿੱਚ ਸਵਰਗ ਦੇ ਰੂਪ ਵਿੱਚ ਹੋ ਗਿਆ ਹੈ। ਨਾਨਕ ਸਾਹਿਬ ਭਰਪੂਰ ਲੀਨਾ, ਗੁਰੂ ਪਾਤਸ਼ਾਹ ਜੀ ਨੇ ਇਹ ਬਾਤ ਆਖ ਕੇ ਇਸ ਸੰਸਾਰ ਦੇ ਵਿੱਚੋਂ ਇਸ ਮਹਾਨ ਸ਼ਬਦ ਦੀ ਸਮਾਪਤੀ ਕੀਤੀ ਕਿ ਮੇਰਾ ਵਾਹਿਗੁਰੂ ਜਿਹਨੂੰ ਮੈਂ ਇਸ ਸੰਸਾਰ ਦੇ ਵਿੱਚ ਉਸ ਪਰਮਾਤਮਾ ਦੇ, ਉਸ ਮਨੁੱਖਤਾ ਦਾ ਭਲਾ ਕਰਨ ਵਾਲੇ ਪਰਮਾਤਮਾ ਦੇ ਰੂਪ ਦੇ ਵਿੱਚ ਸਾਖਿਆਤਕਾਰ ਦਰਸ਼ਨ ਕਰ ਚੁੱਕਿਆ ਹਾਂ, ਕਣ ਕਣ ਦੇ ਵਿੱਚ ਵਿਰਾਜਿਤ ਉਸ ਪਰਮਾਤਮਾ ਦੇ, ਉਹ ਮੇਰਾ ਰੱਬ ਜਿਹੜਾ ਹੈ ਇਸ ਸੰਸਾਰ ਦੇ ਵਿੱਚ ਸਾਰੀਆਂ ਥਾਂ 'ਤੇ ਭਰਪੂਰ ਹੈ। ਨਾਨਕ ਸਾਹਿਬ ਭਰਪੂਰ ਲੀਨਾ ਦੇ ਮਹਾਨ ਵਾਕਾਂ ਦੇ ਨਾਲ ਸਤਿਗੁਰੂ ਜੀ ਨੇ ਇਸ ਮਹਾਨ ਸ਼ਬਦ ਦੀ ਸਮਾਪਤੀ ਕੀਤੀ ਹੈ। ਸਤਿਗੁਰੂ ਜੀ ਨੇ ਸਮੂਹਿਕ ਤੌਰ 'ਤੇ ਇਸ ਸ਼ਬਦ ਦੇ ਰਾਹੀਂ ਮਨੁੱਖ ਨੂੰ ਪਰਮਾਤਮਾ ਨਾਲ ਜੁੜਨ ਦਾ ਯਤਨ ਕੀਤਾ ਹੈ ਔਰ ਉਹ ਮਨੁੱਖ ਜਿਹੜਾ ਇਸ ਸੰਸਾਰ ਦੇ ਵਿੱਚ ਜੀਵਾਂ ਦੇ ਵਿੱਚੋਂ, ਖਲਕਤ ਦੇ ਵਿੱਚੋਂ, ਇਸ ਸੰਸਾਰ ਦੇ ਹਰ ਜੀਵ ਜੰਤ, ਕਾਇਨਾਤ ਦੇ ਹਰ ਪਲ ਦੇ ਵਿੱਚੋਂ ਉਸ ਪਰਮਾਤਮਾ ਦੇ ਦਰਸ਼ਨ ਕਰ ਸਕੇ। ਇਸੇ ਕਰਕੇ ਸਤਿਗੁਰੂ ਜੀ ਨੇ ਅੰਤਲੇ ਪਦਿਆਂ ਦੇ ਵਿੱਚ ਇਹ ਬਾਤ ਆਖ ਦਿੱਤੀ ਕਿ ਉਹ ਮੇਰਾ ਪਰਮਾਤਮਾ ਸਾਰੀ ਧਰਤੀ ਦੇ ਵਿੱਚ, ਸਾਰੇ ਧਰਾਤਲ ਦੇ ਵਿੱਚ ਵਿਰਾਜਮਾਨ ਹੈ ਔਰ ਉਹਦੀ ਭਰਪੂਰਤਾ ਦੇ ਨਾਲ ਮੇਰਾ ਆਪਣਾ ਜੀਵਨ ਸੰਗੀ ਸਾਥੀ ਬਣਿਆ ਹੋਇਆ। ਸਤਿਗੁਰੂ ਜੀ ਦੇ ਇਹ ਵਡਹੰਸ ਰਾਗ ਦੇ ਮਹਾਨ ਬੋਲ, ਸਤਿਗੁਰੂ ਜੀ ਦੀ ਇਹ ਅੱਜ ਦੀ ਮਹਾਨ ਬਖਸ਼ਿਸ਼ ਸਾਡੇ ਹਿਰਦੇ ਵਿੱਚ ਵੱਸ ਜਾਵੇ। ਇਸਨੀ ਸੇਵਾ ਪ੍ਰਵਾਨ ਭੁੱਲਾ ਚੁੱਕਾਂ ਦੇ ਖਿਮਾ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਤੁਰ ਕੀ ਬਾਣੀ।